ਅੱਜ ਦੇ ਟਾਈਮ 'ਚ ਜਿਹਨਾਂ ਦਾ ਆਪਣੇ ਸਿਰ ਦੇ ਉੱਤੇ ਹੱਥ ਹੈ, ਸ਼੍ਰੀਮਾਨ ਸ਼੍ਰੀ ਅਰੁਣ ਨਾਰੰਗ ਜੀ ਆਪਣੇ ਬੜੇ ਹੀ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਅੱਜ ਇਸ ਜਾਗਰਣ ਦੇ ਵਿੱਚ ਪਹੁੰਚੇ ਹੈ। ਮੈਂ ਤਹਿ ਦਿਲੋਂ ਇਹਨਾਂ ਦਾ ਧੰਨਵਾਦ ਵੀ ਕਰਦਾ ਔਰ ਜੈ ਬਾਬਾ ਜੀ ਦੀ, ਜੈ ਮਾਤਾ ਦੀ, ਜੈ ਬਾਬਾ ਜੀ ਦੀ। ਔਰ ਸੰਗਤਾਂ ਨੂੰ ਬੇਨਤੀ ਕਰਦਾ ਕਿ ਇੱਕ ਤਾੜੀ ਸਾਡੇ ਬਾਬਾ ਜੀ ਵਾਸਤੇ ਲਾਓ, ਖੁੱਲ ਕੇ ਦੋਨੋਂ ਹੱਥ ਉੱਪਰ ਕਰਕੇ, ਜਿਹਨਾਂ ਨੂੰ ਮਾਤਾ ਰਾਣੀ ਨੇ ਦੋ ਹੱਥ ਦਿੱਤੇ ਆ ਦੋਨੋਂ ਹੱਥ ਉੱਪਰ ਕਰਕੇ ਤਾੜੀ ਲਾਓ। ਔਰ ਬੜੀ ਕਿਰਪਾ ਹੈ ਬਾਬਾ ਜੀ ਦੀ, ਮਾਤਾ ਰਾਣੀ ਦੀ ਸਾਡੇ ਉੱਤੇ ਵੀ, ਕਿ ਝਲਕ ਤੇਰੀ ਸਹਿਣ ਜੋਗਾ ਹੋ ਗਿਆ। ਡਾਕਟਰ ਸਾਹਿਬ, ਝਲਕ ਤੇਰੀ ਸਹਿਣ ਜੋਗਾ ਹੋ ਗਿਆ, ਗੁੰਗਾ ਸਾ ਕੁਝ ਕਹਿਣ ਜੋਗਾ ਹੋ ਗਿਆ, ਸਦਕਾ ਤੇਰੀਆਂ ਰਹਿਮਤਾਂ ਨੇ ਮੇਰੀ ਦਾਤੀ ਅੱਜ ਬੰਦਿਆਂ ਦੇ ਵਿੱਚ ਬਹਿਣ ਜੋਗਾ। ਬੜਾ ਖੁਸ਼ੀ ਦਾ ਮਾਹੌਲ ਹੈ ਸੰਗਤਾਂ, ਬਹੁਤ ਸੰਗਤ ਜਿਹੜੀ ਚੱਲ ਕੇ ਆ ਰਹੀ ਹੈ ਜਾਮਤ ਦੇ ਵਿੱਚ। ਸੋ ਜ਼ਿਆਦਾ ਗੱਲਾਂ ਨਾ ਕਰਦਾ ਹੋਇਆ, ਕਿਉਂਕਿ ਇੱਕ ਭੇਟ ਤੋਂ ਬਾਅਦ ਮੈਂ ਰਿਕੁਐਸਟ ਕਰੂੰਗਾ ਸਾਡੇ MLA ਸਾਹਿਬ ਸ਼੍ਰੀ ਅਰੁਣ ਨਾਰੰਗ ਜੀ ਨੂੰ ਕਿ ਉਹ ਵੀ ਦੋ ਸ਼ਬਦ ਜਿਹੜੇ ਆ ਸੰਗਤਾਂ ਨੂੰ ਆਪਣੇ ਪਵਿੱਤਰ ਮੁਖਾਰਵਿੰਦ ਦੇ ਵਿੱਚ ਉਹ ਕਹਿਣਗੇ। ਸੋ ਆਓ ਇੱਕ ਬੇਨਤੀ, ਉਸ ਤੋਂ ਬਾਅਦ ਮੈਂ ਰਿਕੁਐਸਟ ਕਰੂੰਗਾ MLA ਸਾਹਿਬ, ਤੁਸੀਂ ਜਾਣਾ ਨੀ ਜੀ ਹਜੇ, ਇਹ ਤਾਂ ਸਾਨੂੰ ਪਤਾ ਤੁਹਾਡਾ ਸਮਾਂ ਬਹੁਤ ਕੀਮਤੀ, ਕਿਉਂਕਿ ਹੁਣ ਥੋੜਾ ਜਿਹਾ ਟਾਈਮ ਵੀ ਉਦਾਂ ਦਾ ਚੱਲ ਰਿਹਾ ਵੀ ਸਮੇਂ ਦੇ ਵਿੱਚੋਂ ਸਮਾਂ ਬਚਾਇਆ ਜਾ ਰਿਹਾ, ਪਰ ਅੱਜ ਸੰਗਤਾਂ ਵਾਸਤੇ ਖੁੱਲਾ ਸਮਾਂ ਥੋੜਾ ਜਿਹਾ ਦੇ ਕੇ ਜਾਣਾ ਤੁਸੀਂ ਬਹੁਤ ਸੱਚੇ ਦਰਬਾਰ। ਔਰ ਆਓ ਜਿਹਨਾਂ ਜਿਹਨਾਂ ਨੂੰ ਮਹਾਮਾਈ ਨੇ ਦੋ ਹੱਥ ਦਿੱਤੇ ਨੇ, ਔਰ ਆਓ ਆਪਣੀ ਆਪਣੀ ਜੀਭਾਂ ਪਵਿੱਤਰ ਕਰੀਏ, ਜਿਹੜੇ ਜਿਹੜੇ ਸੱਚੇ ਨੇ ਇੱਕ ਵਾਰ ਦੋਨੋਂ ਹੱਥ ਉੱਪਰ ਕਰਿਆ ਜਾਵੇ। ਸੱਚੇ ਦਰਬਾਰ ਕੀ, ਕੁੱਤਾ ਰੋਵੇ ਉਹਨੂੰ ਚੁੱਪ ਕਰਾਉਂਦੀ ਦੁਨੀਆ ਵੇਖੀ ਮੈਂ, ਕੁੱਤਾ ਰੋਵੇ ਉਹਨੂੰ ਚੁੱਪ ਕਰਾਉਂਦੀ ਦੁਨੀਆ ਵੇਖੀ ਮੈਂ, ਜੇ ਬੰਦਾ ਰੋਵੇ ਉਹਨੂੰ ਹੋਰ ਰਵਾਉਂਦੀ ਦੁਨੀਆ ਵੇਖੀ ਮੈਂ, ਜੇ ਕੁੱਤਾ ਰੋਵੇ ਉਹਨੂੰ ਚੁੱਪ ਕਰਾਉਂਦੀ ਦੁਨੀਆ ਵੇਖੀ ਮੈਂ, ਜੇ ਬੰਦਾ ਰੋਵੇ ਉਹਨੂੰ ਹੋਰ ਰਵਾਉਂਦੀ ਦੁਨੀਆ ਵੇਖੀ ਮੈਂ, ਜਿਉਂਦੇ ਜੇ ਨਾ ਜਿਸ ਮਾਂ ਬਾਪ ਨੂੰ ਰੋਟੀ ਦਿੱਤੀ ਗਈ ਉਹਦੇ ਮਰਨੇ ਪਿੱਛੋਂ ਪਿੰਡਰ ਜਾਂਦੀ ਦੁਨੀਆ ਵੇਖੀ ਮੈਂ। ਸਭ ਤੋਂ ਵੱਡੀ ਸੇਵਾ ਮਾਂ ਬਾਪ ਦੀ ਸੇਵਾ, ਉਸ ਤੋਂ ਬਾਅਦ ਇਸ ਦਰਬਾਰ ਦੇ ਵਿੱਚੋਂ ਵੀ ਫੇਰ ਕੁਝ ਮਿਲਦਾ। ਜੇ ਕੋਈ ਇਨਸਾਨ ਆਪਣੇ ਮਾਂ ਬਾਪ ਨੂੰ ਕੁਝ ਨਹੀਂ ਸਮਝਦਾ ਤਾਂ ਫਿਰ ਇਹ ਦੇਵੀ ਦੇਵਤੇ ਵੀ ਉਸ ਬੰਦੇ ਨੂੰ ਕੁਝ ਨਹੀਂ ਸਮਝਦੇ। ਬਹੁਤ ਸੱਚੇ ਦਰਬਾਰ, ਬੜੀ ਹੀ ਪਿਆਰੀ ਔਰ ਬੜੀ ਹੀ ਪੁਰਾਣੀ, ਬੜੀ ਪ੍ਰਚਲਿਤ ਭੇਟ ਜਿਹੜੀ ਦਾਦੀ ਮਾਂ ਦੀ, ਸ਼੍ਰੀਮਾਨ ਨਰਿੰਦਰ ਚੰਚਲ ਜੀ ਉਹਨਾਂ ਦੀ ਗਾਈ ਹੋਈ ਬੇਨਤੀ ਹੈ, ਮੈਂ ਉਹ ਹਾਜ਼ਰ ਤੁਹਾਡੇ ਦਰਬਾਰ ਦੇ ਵਿੱਚ ਮਾਤਾ ਰਾਣੀ ਦੇ ਚਰਨਾਂ ਦੇ ਵਿੱਚ ਕਹਿਣ ਜਾ ਰਿਹਾ ਤਾਂ ਆਓ। ਆਪਣੇ ਅਮੋਰ ਵੱਲੋਂ ਇੱਕ ਨਵਾਂ ਚੈਨਲ ਜੋ ਸ਼ੁਰੂ ਕੀਤਾ ਗਿਆ, ਕੋਈ ਵੀ ਕਲਚਰਲ ਪ੍ਰੋਗਰਾਮ ਜਾਂ ਜਾਗਰਣ
दीवान कई बार कथा चलो ओ चलो बुलावा आया है, 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 ये बाबा जी ने बुलाया है। तुसी इन्हां दा इंतजार नहीं करना है, कई बारी माइक दे विच नहीं बोलदे, ठगी मार जांदे हां इन्हां दे मगर नहीं चलना, तुसी अपना बोल देना है, ठीक है। हाँ कितने सोचो ये बोल देंगे हम लोग पर रेस्ट कर ली, रेस्ट नहीं करनी है, सब ने मिलके बोलना की कहना है, चलो बुलावा आया है माता के बोल, वो चलो बुलावा आया है। मानव सेवा समिति अबोहर इन वास्ते भी ताड़ी मारो, ये सारा दिन मानवता की सेवा करते हैं, मानवता की भलाई के लिए संस्थावां बनिया हुई ने, इन्होंने वास्ते तो देखते हैं सर ताड़ी ला दिया करो, कहने की भी लोड़ ना पा, ठीक है ना। चलो बुलावा आया है माता ने बुलाया, माता का नाम बहुत जप लिया संगतान जपन लगे, हाँ जी हजर प्रेम से बोलो उच्ची बोलो, भाई मैं नहीं सुने मेरी मां नहीं सुनिया आवाज नहीं आई, मिलके बोलो पिछले भी बोलो अगले भी बोलो, जिसने जितना दर्द सहा है इतना चैन भी पाया है, बुलावा आया है
याद आया, मिठी मिठी ताली, ऐसे नहीं बैठना जैसे घर में सिलेंडर खत्म हो। थोड़ी थोड़ी मिठी मिठी ताली बजाते हुए नहीं तो ऐसे बैठे जैसे घर में लकड़ियां भी खत्म हो गई। मिठी मिठी ताली बजा करके क्या कहना, लगे मन में विश्वास मन में विश्वास राम मैया का मेले तेरे काम आएंगे छूटे ना चल चला चल और का चल चला चल चला चल चल चला चल चला चल चला चल इधर इधर ध्यान कीजिए, इधर भक्तों जागरण इधर है, क्या कहना। जिनके घर में सच्चे मन से माँ का पूजन होता है वो घर घर जिनके घर में सच्चे मन से माँ का पूजन होता है वो घर घर ना समझो रे भैया एक मंदिर होता है जय माता दी 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 एक बार उठाइए दोनों हाथ बिल्कुल सीधे, जिन जिनको माँ ने तो हाथ दिए उठाइए एक बार दोनों हाथ और ताली बजा करके खुदा की कुदरत है। साडे बिट्टू बजाज साडे वड्डे भाजी प्रधान जी साडे जिन्नियां भी मेरियां माता भैणा बच्चियां भरा जो जो मुराद लेके आए माता दे अगे प्रार्थना माता दे अगे शीस नवा के प्रार्थना सारिया दी मुरादा पूरियां करे। मैं माता अगे फिर माता रानी अगे प्रार्थना करना कि मेरे होर शहर उत्ते भी दया दी बरसात होए, होर शहर उत्ते भी जिंदी जेड़ी मुराद है वो पूरी हो। मैं तुहाडे दर्शन करके माता दे दर्शन करके
ਬੜਾ ਮਨ ਪ੍ਰਸੰਨ ਹੋਇਆ। ਇੱਥੇ ਇਸ ਦਰਬਾਰ ਵਿੱਚ ਆ ਕੇ ਸਾਰਿਆਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ। ਮੇਰੀ ਮਾਤਾ ਨੂੰ ਪ੍ਰਾਰਥਨਾ, ਸਾਰਿਆਂ ਦੀਆਂ ਮੁਰਾਦਾਂ ਪੂਰੀਆਂ। ਜੈ ਮਾਤਾ। ਹਾਂਜੀ, ਵੀਡੀਓ ਬਣਾਉਣੀ ਸਰ, ਘੁੰਮੋ ਜੀ। ਜੈਕਾਰਾ ਮਾ ਸ਼ੇਰ ਵਾਲੀ ਦਾ, ਜੈਕਾਰਾ ਬਾਬਾ ਖੇਤਰਪਾਲ ਜੀ ਮਹਾਰਾਜ ਜੀ ਦਾ। ਕਿੰਨਾ ਕਿੰਨਾ ਨੇ ਅੱਜ ਬਾਬਾ ਖੇਤਰਪਾਲ ਜੀ ਮਹਾਰਾਜ ਦੇ ਦਰਸ਼ਨ ਕਰਨੇ ਆ, ਨੱਚ ਕੇ ਝੁੰਕੇ ਆ। ਸਾਡੇ ਬਾਬਾ ਜੀ ਗੰਗਾ ਨਗਰ ਤੋਂ ਵੀ ਆਏ ਹੋਏ ਇਹਨਾਂ ਵਾਸਤੇ ਜ਼ੋਰਦਾਰ ਤਾੜੀ ਪਾਈ, ਬੜੀ ਮਹਾਨ ਹਸਤੀਆਂ ਤੋਂ ਪਹੁੰਚੀਆਂ। ਕੀ ਕਹਿੰਦੇ ਔਰ ਤਾੜੀ ਵਜਾ ਕੇ
ਸੋਨੇ ਬਬਰ ਗੁਲਰੇ ਵਡੇਰੀਆਂ ਕਿਹੜੇ ਹੱਥ ਸੋਨੇ ਬੜੇ ਅੱਧਾ ਪਤਾ ਮੇਰੀਆਂ ਕਿਹੜੇ ਹੱਥ ਸੋਨੇ ਬੜੇ ਅੱਧਾ ਪਤਾ ਮੇਰੀਆਂ ਕੀ ਕਹਿਣਾ ਵਜੋ ਤੇਰਿਆਂ ਵਜੋ ਤੇਰਿਆਂ ਦਰਾਂ ਤੇ ਆ ਕੇ ਮਾਵਾਂ ਮੇਰੀ ਨਜ਼ਰ ਜੀਵੇ ਬਾਬਾ ਤੇਰਿਆਂ ਜਦਾਂ ਦੇ ਇੱਥੇ ਆ ਮੇਰੀ ਨਜ਼ਰ ਕਰ ਦੇ ਬਾਬਾ ਤੇਰਿਆਂ ਜਦਾਂ ਦੇ ਇੱਥੇ ਆ ਮੇਰੀ ਨਜ਼ਰ ਕਰ ਦੇ ਵਲੀਆਂ ਦਾ ਬੋਲ ਸੱਚੇ ਦਰਬਾਰ ਕੀ ਹੋ ਦਰ ਪੀਰਾਂ ਦੇ ਅਰਜ ਗੁਜ਼ਾਰਾ ਦਰ ਪੀਰਾਂ ਦੇ ਅਰਜ ਗੁਜ਼ਾਰਾ ਚੜ ਕੇ ਆ ਜਾ ਕਾਕੀ ਦਰ ਪੀਰਾਂ ਦੇ ਅਰਜ ਗੁਜ਼ਾਰਾ ਚੜ ਕੇ ਆ ਜਾ ਕਾਕੀ ਚੜ ਕੇ ਆ ਜਾ ਕਾਕੀ
एक मिनट वास्ते जी चढ़ के आ जा पक्की पीरां दे अर्ज गुजारा चढ़ के आ जा पक्की पीरां दे अर्ज गुजारा चढ़ के आ जा पक्की ए पीरां दा ए पीरां दा ए पीरां दा वेड़ा दे वेल वे की ए पीरां दा वेड़ा दे वेल Thank you.
ਖੁਸ਼ੀ ਇਹੋ ਮੇਰਾ ਮਰ ਜਾਵਾਂਗੀ ਮੈਂ ਮਰ ਜਾਵਾਂਗੀ ਜੇ ਅੱਖ ਨਾ ਤੋਹੇ ਤੇਰੀ ਹੋਰ ਹੱਥੀ ਮਰ ਜਾਵਾਂਗੀ ਜੇ ਅੱਖ ਨਾ ਤੋਹੇ ਤੇਰੀ ਹੋਰ ਉਹਨੇ ਤੋ ਖੈਰ ਮੰਗਾ ਮੰਗਾ ਮੈਂ ਖੈਰ ਮੰਗਾ ਮੰਗਾ ਮੈਂ ਖੈਰ ਮੰਗਾ ਮੰਗਾ ਮੈਂ ਖੈਰ ਮੰਗਾ ਉਹਨੇ ਤੋ ਖੈਰ ਮੰਗਾ ਜੇਕਰ ਪੰਜ ਪੀਰਾਂ ਦਾ ਬਹੁਤ ਸੱਚੇ ਦਰਬਾਰ ਜੈ ਹੋ।